ਦੇਖ ਲੋ ਅਮਰੀਕਾ ਦੇ ਹਾਲ, ਪੂਰਾ ਪਰਿਵਾਰ ਲੈ ਕੇ ਭੀਖ ਮੰਗਣ ਡਿਆ ਵੀ ਦੱਸ ਤੂੰ ਕੰਮ ਨੀ ਕਰ ਸਕਦਾ, ਨਾਲੇ ਪੈਸੇ ਵੀ ਵੱਧ ਮਿਲਣ ਡਏ ਸਾਨੂੰ ਵੀ ਫੈਮਿਲੀ ਸਾਰੀ ਜਵਾਕ ਜੋਕ ਦੇਖੋ ਨਾਲ ਹੀ ਚੱਕੀ ਫਿਰਦਾ। ਆਹ ਦੇਖੋ ਔਖਾ ਹੀ ਆ ਜਵਾਕਾਂ ਦਾ ਵੀ ਕੀ ਲਾਈਫ ਆ ਯਾਰ, ਮੈਨੂੰ ਸਮਝ ਨੀ ਆਉਂਦੀ। ਅਮੈਰੀਕਾ ਆ ਕੇ ਵੀ ਆਹੀ ਕੰਮ ਕਰਨੇ, ਚਾਰ ਬੱਚੇ ਆ ਤੇ ਹਸਬੈਂਡ ਵਾਈਫ ਆ, ਤੁਸੀਂ ਦੋਵੇਂ ਜਣੇ ਕੰਮ ਕਰੋ, ਬੱਚੇ ਦਿਖਾ ਕੇ ਪੈਸੇ ਵੱਧ ਲੈ ਰਹੇ ਆ, ਲੋਕੀ ਤਰਸ ਖਾ ਕੇ ਦੇਈ ਜਾਂਦੇ ਆ, ਸਮਝ ਨੀ ਆਉਂਦੀ ਯਾਰ। ਦੋਸਤੋ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਲੈ ਕੇ ਲੋਕਾਂ ਦੇ ਵੱਲੋਂ ਬਹੁਤ ਹੀ ਟਿੱਪਣੀਆਂ ਕੀਤੀਆਂ ਜਾ ਰਹੀਆਂ, ਜਿਸ ਦੇ ਵਿੱਚ ਕਈਆਂ ਦਾ ਕਹਿਣਾ ਹੈ ਪੰਜਾਬੀ ਪਰਿਵਾਰ ਹੈ ਜੋ ਅਮਰੀਕਾ ਦੇ ਵਿੱਚ ਜਾ ਕੇ ਇਹਦਾ ਭੀਖ ਮੰਗ ਰਿਹਾ, ਅਤੇ ਇਸ ਟਰੱਕ ਡਰਾਈਵਰ ਨੇ ਇਸ ਵੀਡੀਓ ਨੂੰ ਬਣਾ ਕੇ ਇੱਕ ਗਲਤ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ, ਜਿਸ ਦੇ ਵਿੱਚ ਲੋਕ ਹੁਣ ਇੱਕ ਦੂਜੇ ਦੇ ਨਾਲ ਬਹਿਸ ਕਰ ਰਹੇ ਨੇ, ਅਤੇ ਕਈ ਕਹਿ ਰਹੇ ਨੇ ਇਹ ਪੰਜਾਬੀ ਪਰਿਵਾਰ ਹੈ। ਦੋਸਤੋ ਇਹ ਬਿਲਕੁਲ ਹੀ ਗਲਤ ਵੀਡੀਓ ਜੋ ਇਸ ਡਰਾਈਵਰ ਦੇ ਵੱਲੋਂ ਬਣਾਈ ਗਈ ਹੈ, ਅਤੇ ਸੋਸ਼ਲ ਮੀਡੀਆ 'ਤੇ ਇੱਦਾਂ ਦੀ ਗਲਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੋਸਤੋ ਜੇਕਰ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਇੰਨੇ ਲੱਖਾਂ ਰੁਪਏ ਖਰਚ ਕੇ ਜਾਂਦੇ ਨੇ ਤਾਂ ਇਹ ਇੱਦਾਂ ਦੇ ਕੰਮ ਨਹੀਂ ਕਰਦੇ। ਬਾਕੀ ਦੋਸਤੋ ਤੁਸੀਂ ਵੀ ਇੱਦਾਂ ਦੀ ਵੀਡੀਓ ਤੋਂ ਵੱਧ ਤੋਂ ਵੱਧ ਬਚਿਆ ਕਰੋ, ਕਿਉਂਕਿ ਕੁਝ ਕੁ ਲੋਕ ਆਪਣੇ ਵਿਊ ਲੈਣ ਦੇ ਲਈ ਇੱਦਾਂ ਦੀ ਵੀਡੀਓ ਬਣਾ ਦਿੰਦੇ ਨੇ।